ਅੱਜ ਤਾਂ ਨਜ਼ਾਰਾ ਆ ਗਿਆ ਯਾਰ ਯਾਰਾ ਹੀ ਯਾਰ ਮਾਲ ਬੜਾ ਤੀ ਬਾਬਾ ਗੱਲ ਨਹੀਂ ਬਣੀ ਪਰ ਯਾਰ ਆਪਾਂ ਨੂੰ ਆ ਦੋਖਿਆ ਬਾਕੀ ਖੈਰ ਉਹ ਕੋਈ ਨਹੀਂ ਗੱਲ ਵੀ ਬਣਾ ਲਾਂਗੇ ਯਾਰ ਮੈਂ ਫੀਲਿੰਗ ਪੂਰੀ ਲਈ ਅੱਜ ਮੈਂ ਬਾਬਾ ਫੀਲਿੰਗ ਤੇ ਭਰਾਵਾ ਹੋਣੀ ਹੱਥ ਜੋ ਬੜਿਆ ਸੀ ਅੱਜ ਨਹੀਂ ਯਾਰੇ ਤੇਰੇ ਬਾਬਾ ਬੰਦੇ ਪਤਾ ਨਹੀਂ ਕੌਣ ਆ ਗਏ ਉਹਨਾਂ ਦਾ ਕੰਮ ਖਰਾਬ ਕਰ ਦਿੱਤਾ ਨਹੀਂ ਤਾਂ ਅੱਜ ਤੇ ਕੰਮ ਕੱਢ ਹੀ ਦੇਣਾ ਪਤਾ ਕਰ ਲਾਂਗੇ ਬੰਦੇ ਕਿਹੜੇ ਆ ਹਾਂ ਕੰਮ ਕੱਢਣਾ ਹਾਂ ਆਪਾਂ ਲੈ ਜੋ ਮਰਜ਼ੀ ਹੋਵੇ ਕੱਲ ਨੂੰ ਫੇਰ ਸਹੀ ਕੌਣ ਆ ਗਿਆ ਕੀ ਹੋਇਆ ਮੇਰੀ ਛੋਟੀ ਭੈਣ ਕੀ ਹੋਇਆ ਮੇਰੀਆਂ ਛੋਟੀਆਂ ਭੈਣਾਂ ਦੱਸਦੀ ਕਿਉਂ ਨਹੀਂ ਚੁੱਪ ਕਿਉਂ ਆ ਵੀਰੇ ਅੱਜ ਰਸਤੇ ਵਿੱਚ ਗੁੰਡਿਆਂ ਨੇ ਮੇਰੇ ਨਾਲ ਬੜੀ ਬਦਤਮੀਜ਼ੀ ਕੀਤੀ ਕੌਣ ਸੀ ਉਹ ਪਤਾ ਨਹੀਂ ਪਰ ਉਹਨਾਂ ਨੇ ਛੇੜਖਾਨੀ ਵੀ ਕੀਤੀ ਇੰਨਾ ਨਹੀਂ ਪਤਾ ਕੌਣ ਸੀ ਮੈਂ ਮਹਾ ਜਾਨ ਬਚਾ ਕੇ ਆਈ ਬਸ ਭੈਣੇ ਇੱਕ ਵਾਰੀ ਮੈਨੂੰ ਉਹਨਾਂ ਦਾ ਨਾਮ ਦੱਸ ਦੇ ਉਹਨਾਂ ਦੀ ਇੰਨੀ ਹਿੰਮਤ ਜਿਨ੍ਹਾਂ ਨੇ ਮੇਰੀ ਭੈਣ ਨੂੰ ਛੇੜਿਆ ਟੱਕਰੇ ਟੱਕਰੇ ਕਰ ਦਿਆਂਗੇ ਚੱਲ ਓਏ ਚੱਲ ਮੇਰੀਆਂ ਭੈਣੇ ਰੁਕ ਕਿਉਂ ਗਈ ਆ ਤੇਰਾ ਭਰਾ ਤੇਰੇ ਨਾਲ ਹੈ ਕੱਲੇ ਕੱਲੇ ਦੇ ਡੱਕਰੇ ਕਰ ਦਿਆਂਗੇ ਚੱਲ ਮੇਰੇ ਨਾਲ ਭੈਣ ਤੁਰਦੀ ਕਿਉਂ ਨਹੀਂ ਕਿਉਂ ਘਬਰਾ ਰਹੀ ਆ ਚੱਲ ਮੇਰੇ ਨਾਲ ਕਿਹਨੂੰ ਲੈ ਕੇ ਜਾਵਾਂ ਜਿਹਨੇ ਮੈਨੂੰ ਛੇੜਿਆ ਉਹਨੂੰ ਲੈ ਕੇ ਜਾਵਾਂ ਬਚਾਉਣ ਵਾਸਤੇ ਭੈਣੇ ਕਿਹੜੀ ਗੱਲ ਕਰਦੀ ਆ ਤੂੰ ਸੋਚ ਲਓ ਸਵੇਰੇ ਅੱਜ ਕੀ ਹੋਇਆ ਯਾਰ ਅੱਜ ਅਮਨ ਮੈਡਮ ਦਾ ਲੈਕਚਰ ਕਿੰਨਾ ਬੋਰਿੰਗ ਸੀ ਨਾ ਬੋਰ ਕਰਤਾ ਅੱਜ ਸੱਚੀ ਇੱਕ ਉੱਤੋਂ ਟੈਸਟ ਦੇ ਛੱਡਿਆ ਤੋ ਇੰਨਾ ਕੰਮ ਮੈਨੂੰ ਤਾਂ ਕੋਈ ਟੈਨਸ਼ਨ ਨਹੀਂ ਕਲਦੀ ਕਿਉਂਕਿ ਮੈਂ ਤਾਂ ਜਾਣਾ ਵਾ ਵਿਆਹ ਤੇ ਮੇਰੀ ਮਾਸੀ ਦੀ ਕੁੜੀ ਦਾ ਵਿਆਹ ਵਾ ਤੇਰਾ ਵਧੀਆ ਯਾਰ ਚੱਲ ਪੈ ਤੂੰ ਵੀ ਨਾਲ ਨਾ ਨਾ ਅਸਾਈਨਮੈਂਟਸ ਕੰਪਲੀਟ ਕਰਨੀਆਂ ਹੋਰ ਵੀ ਕਿੰਨੇ ਕੰਮ ਕਰੋ ਗਾਲਾਂ ਵੀ ਪੈ ਜਾਣੀਆਂ ਅੱਗੇ ਛੁੱਟੀਆਂ ਬਹੁਤ ਹੋ ਗਈਆਂ ਪਰ ਯਾਰ ਮੇਰੇ ਤੋਂ ਜੈਕਟ ਨਹੀਂ ਹੈਗੀ ਵਿਆਹ ਤੇ ਪਾਉਣ ਨੂੰ ਐਟ ਅ ਟਾਈਮ ਕੀ ਨਵੀਂ ਲਵੇ ਕਿੱਥੋਂ ਲਵਾਂ ਯਾਰ ਕੋਈ ਨਾ ਆ ਮੈਂ ਕੱਲ੍ਹ ਹੀ ਲਈ ਆ ਮੇਰੀ ਵੱਲ ਲੈ ਲੈ ਸੱਚੀ ਹਾਂ ਸੱਚੀ ਠੀਕ ਹੈ ਇਹ 'ਚ ਕਿਹੜੀ ਗੱਲ ਦੱਸ ਆਲਾ ਹੁਣੇ ਚੈੱਕ ਲੈ ਯਾਰ ਇਹ ਤਾਂ ਮੈਨੂੰ ਬਹੁਤ ਫਿੱਟ ਆਈ ਆ ਜਿੱਦਾਂ ਮੇਰੀ ਹੁੰਦੀ ਆ ਮਤਲਬ ਵਧੀਆ ਖੁਸ਼ ਆ ਨਾ ਹੁਣ ਹੋਰ ਹੋ ਗਿਆ ਤੇਰਾ ਟਾਈਮ ਸਰ ਯਾਰ ਤੂੰ ਮੇਰਾ ਟਾਈਮ ਸਾਰਤਾ ਕੋਈ ਨਾ ਹੁਣ ਕੱਲ ਮੇਰੇ ਲਈ ਸ਼ੱਕਰਵਾਰ ਵੀ ਲੈ ਕੇ ਆਉਣੇ ਨੇ ਤੇ ਕੁੱਟ ਦੇਣਾ ਤੈਨੂੰ ਮੈਂ ਜ਼ਰੂਰ ਮੋਟਾ ਲੈ ਕੇ ਆਵਾਂਗੀ ਰੁਕ ਰੁਕ ਬਾਬੇ ਰੁਕ ਰੋਕਿਆ ਨੀ ਫਿਰ ਉੱਥੇ ਯਾਰ ਆਪਣੀ ਭੈਣ ਛੋਟੀ ਨਾਲ ਉਹਦੇ ਉਹ ਯਾਰ ਹੁਣ ਫਿਰ ਕਿੱਦਾਂ ਕਰੀਏ ਫਿਰ ਦੇਖ ਲਵਾਂਗਾ ਯਾਰ ਦੇਖ ਲਾ ਕਿੱਦਾਂ ਕਰਨੀ ਅੱਜ ਮੌਕਾ ਹੈਗਾ ਚੱਲ ਰੁਕ ਜਾਂਦੇ ਥੋੜਾ ਚਿਰ ਦੇਖ ਲੈਂਦੇ ਆਪਾਂ ਕੀ ਬਣਦਾ ਹੈ ਹਾਂ ਚੱਲ ਰੁਕ ਜਾ ਇਦਾਂ ਤਾਂ ਲੱਕੀ ਉਤਾਰ ਨਹੀਂ ਦੇਂਦਾ ਯਾਰ ਅੱਜ ਕੱਲ ਉਹਦਾ ਕਹਿੰਦੇ ਵਿਆਹ ਰੱਖਿਆ ਯਾਰ ਵਿਆਹ ਰੱਖ ਦਿੱਤਾ ਹੋਣਾ ਹੋਰ ਉਹਨੇ ਵੀ ਹੁਣ ਜਨਾਨੀ ਦੇ ਥੱਲੇ ਲਾ ਦਿੱਤਾ ਵਾਹ ਹੋਰ ਇਹੀ ਕੰਮ ਹੁੰਦਾ ਹੋਰ ਕੀ ਹੁੰਦਾ ਯਾਰ ਮੈਨੂੰ ਪਿਆਸ ਬੜੀ ਲੱਗੀ ਆ ਮੈਂ ਪਾਣੀ ਪੀ ਕੇ ਆਈ ਤੂੰ ਜਾਣਾ ਵਾ ਨਾ ਨਾ ਜਾ ਪੀ ਆ ਮੈਂ ਤਾਂ ਪਲੇਟ ਹੀ ਆਈ ਚੱਲ ਭਾਣ ਗਈ ਪਾਣੀ ਪੀ ਖਿੱਚ ਦੀ ਅੱਜ ਕੰਮ ਹੈ ਮੈਂ ਕਹਾਂ ਤੂੰ ਫਿਕਰ ਕਰ ਬਸ ਬਲਟੀ ਅੱਜ ਮੇਰੇ ਲਵਾਂ ਫਿਰ ਕਦੇ ਸਾਡਾ ਵੀ ਖਿਆਲ ਕਰ ਲਿਆ ਕਰੋ ਮੈਂ ਤੁਹਾਨੂੰ ਬਹੁਤ ਲਾਈਕ ਕਰਦਾ ਪਲੀਜ਼ ਮੇਰੇ ਨਾਲ ਫਰੈਂਡਸ਼ਿਪ ਕਰ ਲਓ ਆਹ ਨੰਬਰ ਫੜੋ ਮੈਨੂੰ ਕਾਲ ਕਰਿਓ ਆਪਣੀ ਫਿਰ ਇੰਨੀ ਹਿੰਮਤ ਮੈਂ ਗਲਤ ਸੰਗਤ ਵਿੱਚ ਆ ਕੇ ਕੰਮ ਕਰ ਬੈਠਾ
मैं तेरे नाल नजरां नहीं मिला सकदा, पर भैणे मैनू एक बार माफ कर दे। ਭਾਵੇਂ ਜੋ ਵੀ ਆਖਿਰਕਾਰ ਮੈਂ ਤੇਰਾ ਭਰਾ ਵਾਂ ਭੈਣੇ। ਭਰਾ ਇਹੋ ਜਿਹੇ ਹੁੰਦੇ? ਭਰਾ ਇੱਜ਼ਤ ਦੇ ਰਖਵਾਲੇ ਹੁੰਦੇ। ਅਸਲੀ ਭਰਾ ਤੇ ਮੇਰੇ ਉਹ ਸੀ ਜਿਨ੍ਹਾਂ ਨੇ ਮੇਰੀ ਅੱਜ ਇੱਜ਼ਤ ਬਚਾਈ। ਗਲਤੀ ਨਹੀਂ ਕਰਾਂਗਾ। ਪਲੀਜ ਮੈਨੂੰ ਇੱਕ ਵਾਰੀ ਮਾਫ ਕਰ ਦੇ ਭੈਣੇ, ਮਾਫ ਕਰ ਦੇ। ਚੱਲ ਕੋਈ ਗੱਲ ਨੀ, ਉੱਠ ਵੀਰੇ, ਜਬ ਜਾਗੋ ਤਬ ਸਵੇਰਾ। ਹੁਣ ਅੱਗੇ ਤੋਂ ਧਿਆਨ ਰੱਖਣਾ ਵਾ। ਮੈਂ ਤੈਨੂੰ ਇੱਕੋ ਗੱਲ ਕਹਾਂਗੀ, ਆਪਣੇ ਭੈਣ ਲਈ ਤੂੰ ਕਿਰਪਾਨ ਚੱਕ ਲਈ। ਇੱਦਾਂ ਹੀ ਹਰ ਇੱਕ ਘਰ ਦੀ ਆਪਣੀ ਆਪਣੀ ਇੱਜ਼ਤ ਹੁੰਦੀ ਆ, ਤੇ ਅੱਗੇ ਤੋਂ ਇਹ ਗੱਲ ਦਾ ਧਿਆਨ ਰੱਖਣਾ ਵਾ, ਠੀਕ ਆ? ਭੈਣੇ ਤੂੰ ਮੇਰੀਆਂ ਅੱਖਾਂ ਖੋਲ ਦਿੱਤੀਆਂ। ਮੈਂ ਕੰਨ ਫੜ ਕੇ ਤੋਬਾ ਕਰਦਾ ਕਿ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਾਂਗਾ ਤੇ ਮਾੜੀ ਸੰਗਤ ਵਿੱਚ ਵੀ ਨਹੀਂ ਆਵਾਂਗਾ। ਮੈਂ ਸਾਰੇ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਵੇਂ ਅਸੀਂ ਆਪਣੇ ਘਰ ਦੀ ਇੱਜ਼ਤ ਨੂੰ ਇੱਜ਼ਤ ਸਮਝਦੇ ਹਾਂ, ਉਵੇਂ ਹੀ ਦੂਜੇ ਦੇ ਘਰਾਂ ਦੀ ਵੀ ਇੱਜ਼ਤ ਦੀ ਰਖਵਾਲੀ ਕਰਨੀ ਚਾਹੀਦੀ ਹੈ ਤੇ ਮਾੜੇ ਕੰਮਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।